ਰੋਪੜ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਖੁਰਦ ਦੇ ਵਸਨੀਕਾਂ ਨੇ ਮਿਹਨਤ ਕਾਰਨ ਉਹਨਾਂ ਦੇ ਘਰਾਂ ਅੰਦਰ ਬਰਸਾਤੀ ਪਾਣੀ ਦਾਖਲ ਹੋਣ ਦੇ ਦੋਸ਼ ਲਗਾਏ ਨੇ। ਇਸ ਸੰਬੰਧੀ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਨਾਲ ਕਾਫੀ ਡੂੰਘੇ ਮਿਹਨਤ ਦੀ ਮਿੱਟੀ ਦੀ ਪਟਾਈ ਹੋਣ ਕਾਰਨ ਕਾਫੀ ਮਾਤਰਾ ਵਿੱਚ ਜੋ ਪਾਣੀ ਜਮ੍ਹਾਂ ਹੋ ਗਿਆ ਜੋ ਕਿ ਪਲਟ ਕੇ ਉਹਨਾਂ ਦੇ ਘਰਾਂ ਵੱਲ ਆ ਗਿਆ, ਜਿਸ ਦੇ ਕਾਰਨ ਉਹਨਾਂ ਦੇ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਬਰਾਂਡਿਆਂ ਦੇ ਵਿੱਚ ਪਾਣੀ ਵੜਨ ਨਾਲ ਜਿੱਥੇ ਪਸ਼ੂਆਂ ਨੂੰ ਵੀ ਪਰੇਸ਼ਾਨੀ ਹੋਈ ਆ ਉੱਥੇ ਉਹਨਾਂ ਦੇ ਪੱਠੇ ਤੂੜੀ ਚਾਰਾ ਵੀ ਖਰਾਬ ਹੋਇਆ ਹੈ। ਇਸੇ ਤਰ੍ਹਾਂ ਉਹਨਾਂ ਕਿਹਾ ਕਿ ਹੋਰ ਵੀ ਕਈ ਘਰਾਂ ਨੂੰ ਇਸ ਪਾਣੀ ਤੋਂ ਸਮੱਸਿਆ ਆਈ ਹੈ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ ਬਰਸਾਤ ਦੇ ਵਿੱਚ ਵੀ ਉਹਨਾਂ ਲਈ ਇਹ ਵੱਡੀ ਪਰੇਸ਼ਾਨੀ ਹੋ ਸਕਦੀ ਹੈ, ਜਿਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਹ ਸੰਘਰਸ਼ ਦੇ ਲਈ ਮਜਬੂਰ ਹੋਣਗੇ ਕਿਉਂਕਿ ਵਾਰ ਵਾਰ ਬੇਨਤੀਆਂ ਤੋਂ ਇਸ ਮਸਲੇ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਸੰਬੰਧਿਤ ਵਿਭਾਗਾਂ ਦਾ ਇਸ ਪ੍ਰਤੀ ਅਵੇਸਲੇ ਹੋਣਾ ਅਤੇ ਸਰਕਾਰਾਂ ਵੱਲੋਂ ਅਗਾਊ ਪ੍ਰਬੰਧਾਂ ਦੇ ਧਿਆਨ ਨਾ ਦਿੱਤੇ ਜਾਣ ਕਾਰਨ ਅਜਿਹੇ ਬਰਸਾਤਾਂ ਦੇ ਸਮੇਂ ਨੁਕਸਾਨ ਸਾਹਮਣੇ ਆਉਂਦੇ ਨੇ, ਕਿਉਂਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜੋ ਨਦੀਆਂ ਨਾਲੇ ਨੇ ਜਾਂ ਪਿੰਡਾਂ ਦੀਆਂ ਨਾਲੀਆਂ ਨੇ, ਸ਼ਹਿਰਾਂ ਕਸਬਿਆਂ ਦੇ ਨਾਲੇ ਨਾਲੀਆਂ ਨੇ, ਉਹਨਾਂ ਦੀ ਸਫਾਈ ਬਰਸਾਤ ਤੋਂ ਪਹਿਲਾਂ ਕਰਵਾਈ ਜਾਂਦੀ ਸੀ, ਪਰ ਹੁਣ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਦੇ ਬਾਰੇ ਸਰਕਾਰਾਂ ਵਿਭਾਗਾਂ ਨੂੰ ਅੱਗੇ ਹਦਾਇਤਾਂ ਕਰਦੀਆਂ ਨੇ ਅਤੇ ਵਿਭਾਗ ਅੱਗੇ ਪੰਚਾਇਤਾਂ ਰਾਹੀਂ ਇਹ ਸਫਾਈ ਕਰਵਾਉਂਦੇ ਹਨ, ਜਿਸ ਦੇ ਕਾਰਨ ਜਿੱਥੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਹੈ ਪਾਣੀ ਵੜਨ ਦੇ ਕਾਰਨ, ਉੱਥੇ ਕਈ ਕੱਚੇ ਘਰ ਡਿੱਗ ਜਾਣ ਕਾਰਨ ਕੀਮਤੀ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ। ਸੋ ਇਹੋ ਜਿਹੀਆਂ ਉਦਾਹਰਨਾਂ ਆਮ ਮਿਲਦੀਆਂ ਨੇ, ਇਹੋ ਜਿਹੀ ਖਦਸਾ ਸਲੇਮਪੁਰ ਵਾਸੀਆਂ ਦੇ ਇਹਨਾਂ ਪਰਿਵਾਰਾਂ ਨੇ ਵੀ ਪ੍ਰਗਟਾਇਆ ਹੈ ਕਿ ਜੇਕਰ ਸਰਕਾਰਾਂ ਧਿਆਨ ਦੇ ਕੇ ਪਹਿਲਾਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਤਾਂ ਉਹਨਾਂ ਨੂੰ ਅਜਿਹੇ ਦੁੱਖ ਨਾ ਝੱਲਣੇ ਪੈਣ। ਸੋ ਲੋੜ ਹੈ ਕਿ ਅਗਾਊ ਪ੍ਰਬੰਧ ਬਰਸਾਤਾਂ ਦੇ ਦੌਰਾਨ ਸਰਕਾਰਾਂ ਵਿਭਾਗ ਅਤੇ ਪੰਚਾਇਤਾਂ ਮਿਲ ਕੇ ਜ਼ਰੂਰ ਕਰਨ।